ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਇੱਕ ਮੈਰਿਜ ਪੈਲਸ ਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ। ਇੱਕ ਹਾਈ ਫਾਈ ਪਿਆ ਮੋਗਾ ਦੇ ਪਿੰਡ ਕਲ ਕਲਾਂ ਤੋਂ, ਜਿੱਥੇ ਭੰਗੜੇ ਵੀ ਪੈ ਰਹੇ ਸੀ, ਅਖਾੜਾ ਅੰਮ੍ਰਿਤ ਮਾਨ ਦਾ ਲੱਗਿਆ ਹੋਇਆ ਸੀ। ਪਰ ਕਹਿੰਦੇ ਆ ਨਾ ਕਿ ਵਿਆਹ ਦੇ ਵਿੱਚ ਕਈ ਵਾਰ ਭੰਗ ਵੀ ਪੈ ਜਾਂਦੀ ਆ। ਕੁਝ ਅਜਿਹਾ ਹੀ ਹੁੰਦਾ ਹੈ ਜਦੋਂ ਵਿਆਹ ਦੇ ਪ੍ਰੋਗਰਾਮ ਦੇ ਦੌਰਾਨ ਮੁੰਡੇ ਦਾ ਭਾਈ ਸਟੇਜ ਦੇ ਉੱਤੇ ਅੰਮ੍ਰਿਤ ਮਾਨ ਦੇ ਨਾਲ ਫੋਟੋ ਕਰਵਾਉਣ ਪਹੁੰਚਦਾ ਹੈ ਤਾਂ ਕੁਝ ਅਜਿਹਾ ਹੋ ਜਾਂਦਾ ਕਿ ਫੋਟੋ ਤਾਂ ਨਹੀਂ ਹੁੰਦੀ, ਉੱਥੇ ਵਿਆਹ ਦੇ ਵਿੱਚ ਖਰਲ ਜ਼ਰੂਰ ਪੈ ਜਾਂਦੀ ਹੈ। ਯਾਨੀ ਕਿ ਵਿਆਹ ਦੇ ਵਿੱਚ ਤਲਖੀ ਹੋਣ ਦੇ ਨਾਲ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ। ਇੱਕ ਫੋਟੋ ਦੇ ਮਾਮਲੇ ਦੇ ਪਿੱਛੇ ਜੇ ਦੇਖ ਲਈਏ ਤਾਂ ਬੀਤੇ ਦਿਨੀ ਸੀਐਮ ਮਾਨ ਦੀ ਘਰਵਾਲੀ ਦੀ ਸੈਲਫੀ ਵਾਲੇ ਮਾਮਲੇ ਨੂੰ ਲੈ ਕੇ ਜਿੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ, ਉੱਥੇ ਹੀ ਇਸੇ ਦਿਨ ਬੀਤੇ ਸ਼ਾਮ ਨੂੰ ਆ ਜਿਹੜਾ ਅੰਮ੍ਰਿਤ ਮਾਨ ਦੇ ਨਾਲ ਫੋਟੋ ਖਿਚਵਾਉਣ ਦੇ ਮਾਮਲੇ ਨੂੰ ਲੈ ਕੇ ਉੱਥੇ ਵਿਆਹ ਦੇ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ। ਕੀ ਕੁਝ ਹੋਇਆ, ਕੀ ਕੁਝ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਅੰਮ੍ਰਿਤ ਮਾਨ ਦੇ ਬਾਰੇ, ਆਓ ਸੁਣਦੇ ਹਾਂ। ਆਏ ਸੀਗੇ ਆਪਦੇ ਪ੍ਰੋਗਰਾਮ ਤੇ ਬੈਠੇ ਸੀਗੇ, ਇੱਥੇ ਫੇਰ ਆ ਕੇ ਪਹਿਲਾਂ ਸਟੇਜ ਤੇ ਗਾਲਾਂ ਕੱਢੀਆਂ, ਉਹਦਾ ਟਾਈਮ ਲਾਉਣ ਤੋਂ ਭੱਜਣ ਦੇ ਮਾਰੇ ਭੱਜ ਗਏ, ਆ ਕੇ ਉਹਦੇ ਗੱਲ ਮਿਲਣ ਮੇਰੇ ਲੜਕੇ ਨੂੰ ਮੇਰੇ ਕੋਲ ਬੈਠੋ ਗਲਵਾਂ ਫੜਿਆ, ਧੱਕੇ ਮਾਰ ਕੇ ਨਾਲ ਬੌਕਸਰ ਲਿਆ ਕੇ ਖਿੱਚਣ ਲੱਗਾ। ਕੀ ਮੰਗ ਕਰਦੇ ਜੀ? ਮੰਗ ਕੀ ਕਰਦੇ ਜੀ? ਉਹ ਧੱਕੇ ਲਿਆ ਕੇ ਕੁੱਟਣ ਲੈ ਜਾਂਦੇ ਸੀ। ਅੰਮ੍ਰਿਤਪਾਲ ਤੇ ਉਹਦੇ ਗਨਮੈਨ ਤੇ ਵੀ ਹੋਵੇ ਜਿਹਨਾਂ ਨੇ ਸਾਨੂੰ ਧੱਕੇ ਮਾਰੇ ਆ, ਧੱਕੇ ਮਾਰੇ ਆ। ਮੈਂ ਅੱਜ ਮੁੰਡੇ ਲੈ ਕੇ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਸਾਹਮਣੇ ਆ ਕੇ ਦੱਸਿਆ ਕਿ ਅੰਮ੍ਰਿਤ ਮਾਨ ਦੇ ਨਾਲ ਫੋਟੋ ਖਿਚਵਾਉਣ ਦੀ ਗੱਲ ਆਖੀ ਗਈ ਸੀ ਅਤੇ ਵਿਦ ਪਰਮਿਸ਼ਨ ਸਟੇਜ ਤੇ ਵੀ ਚੜਿਆ ਗਿਆ ਸੀ, ਪਰ ਬਾਕੀਆਂ ਦੇ ਛੱਡਣ ਨੂੰ ਲੈ ਕੇ ਬਾਊਂਸਰਾਂ ਦੇ ਵੱਲੋਂ ਉੱਥੋਂ ਧੱਕਾ ਮੁੱਕੀ ਕੀਤੀ ਗਈ ਹੈ ਅਤੇ ਜਿਸ ਦੇ ਦੌਰਾਨ ਅੰਮ੍ਰਿਤ ਮਾਨ ਚੱਲਦੇ ਸ਼ੋਅ ਨੂੰ ਵਿਚਕਾਰ ਛੱਡ ਕੇ ਹੀ ਚਲੇ ਗਿਆ, ਜੋ ਕਿ ਉਹ ਪਹਿਲਾਂ ਤੋਂ ਹੀ ਕਰਨਾ ਚਾਹੁੰਦਾ ਸੀ। ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਸਿਰਫ ਪੈਸੇ ਵਾਪਸੀ ਦੀ ਲਈ ਜਾ ਰਹੀ ਸੀ। ਹਾਲਾਂਕਿ ਜਦੋਂ ਅੰਮ੍ਰਿਤ ਮਾਨ ਸ਼ੋਅ ਛੱਡ ਕੇ ਚਲੇ ਜਾਂਦੇ ਨੇ, ਪਰ ਕੁਝ ਸਮਾਂ ਬਾਅਦ ਉਹਨਾਂ ਦੇ ਬਾਊਂਸਰ ਅਤੇ ਦੋ ਸਰਕਾਰੀ ਗਨਮੈਨ ਆ ਕੇ ਉਹਨਾਂ ਦੇ ਭਰਾ ਨੂੰ ਫੜ ਕੇ ਉਹਨਾਂ ਨਾਲ ਖਿੱਚ ਤੂ ਕਰਨ ਲੱਗਦੇ ਨੇ, ਜਿਸ ਨੂੰ ਲੈ ਕੇ ਮਾਹੌਲ ਹੋਰ ਗਰਮਾ ਜਾਂਦਾ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਰਾਜਨੀਤਿਕ ਪ੍ਰੈਸ਼ਰ ਦੇ ਨਾਲ, ਯਾਨੀ ਕਿ ਰਾਜਨੀਤਿਕ ਦਬਾਅ ਦੇ ਕਾਰਨ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਪਰਚਾ ਦਰਜ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਇਸ ਬਾਰੇ ਵੀ, ਆਓ ਸੁਣਦੇ ਹਾਂ। ਇਹ ਸ਼ਾਦੀ ਜੀ ਮੇਰਾ ਰਿਸ਼ਤੇ 'ਚ ਭਤੀਜਾ ਹੀ ਲੱਗਦਾ, ਪਿੰਡ ਦੇ ਸਾਡੇ ਪਿੰਡ ਤੋਂ ਸੀਗਾ, ਕਲ ਕਲਾਂ ਤੋਂ। ਔਰ ਇਸ ਦੇ ਵਿੱਚ ਗਾਇਕ ਅੰਮ੍ਰਿਤ ਮਾਨ ਆ ਜਿਹੜਾ, ਉਹਦਾ ਜਿਹੜਾ ਪ੍ਰੋਗਰਾਮ ਸੀਗਾ, ਤਕਰੀਬਨ 6.5 ਲੱਖ ਰੁਪਈਆ ਅੰਮ੍ਰਿਤ ਮਾਨ ਨੂੰ ਦਿੱਤਾ। ਔਰ ਅੰਮ੍ਰਿਤ ਮਾਨ ਨੇ ਤਕਰੀਬਨ 2.5 ਘੰਟੇ ਦਾ ਪ੍ਰੋਗਰਾਮ ਕਰਨਾ ਸੀਗਾ ਔਰ ਉਹਦੇ ਨਾਲ 15 ਦੇ ਕਰੀਬ ਬਾਊਂਸਰ ਸੀਗੇ, 2 ਸਰਕਾਰੀ ਗਨਮੈਨ ਸੀਗੇ, ਕਾਫੀ ਮੰਨ ਲਓ ਆਪਾਂ ਕਹਿ ਲਈਏ ਵੀ ਨਾਲ ਸਿਕਿਉਰਿਟੀ ਸੀਗੀ। ਔਰ ਮੇਰਾ ਛੋਟਾ ਬ੍ਰਦਰ ਵੀ ਇਸ, ਕਿਉਂਕਿ ਸਾਰੀ ਫੈਮਿਲੀ ਇੱਥੇ ਅੱਜ ਫੰਕਸ਼ਨ 'ਚ ਆਈ ਹੋਈ ਸੀਗੀ। ਔਰ ਮੈਂ ਇਸ ਫੰਕਸ਼ਨ ਦੇ ਵਿੱਚ ਜਦੋਂ ਫੰਕਸ਼ਨ ਚੱਲ ਰਿਹਾ ਸੀਗਾ ਤਾਂ ਥੋੜ੍ਹੇ ਟਾਈਮ ਬਾਅਦ, ਜਿਵੇਂ ਹੁੰਦਾ ਹੀ ਆ ਕਿ ਸਿੰਗਰਸ ਨਾਲ ਜਾਂ ਐਕਟਰਸ ਨਾਲ ਫੋਟੋ ਵਗੈਰਾ ਕਰਵਾਉਂਦੇ ਆਪਾਂ, ਤਾਂ ਮੇਰਾ ਬ੍ਰਦਰ ਵੀ ਵਿਦ ਪਰਮਿਸ਼ਨ ਬਾਊਂਸਰਸ ਦੀ ਔਰ ਮੇਨ ਜਿਹੜੀ ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੀ ਪਰਮਿਸ਼ਨ ਨਾਲ ਗਾਇਕ ਅੰਮ੍ਰਿਤ ਮਾਨ ਦੇ ਕੋਲ ਫੋਟੋ ਕਰਵਾਉਣ ਲਈ ਚਲਾ ਗਿਆ। ਔਰ ਜਦੋਂ ਉੱਥੇ ਚਲਾ ਗਿਆ, ਉਹਨਾਂ ਨੇ ਕਿਹਾ ਵੀ ਮੇਰਾ ਇੱਕ ਦੋਸਤ ਵੀ ਉਹ ਖੜਾ ਸਾਹਮਣੇ, ਉਹਨੂੰ ਵੀ ਬੁਲਾ ਲਓ। ਤਾਂ ਉੱਥੇ ਬਾਊਂਸਰ ਨੇ ਉਹਨਾਂ ਨੂੰ ਪੁਸ਼ ਕੀਤਾ, ਜਦੋਂ ਉਹਨਾਂ ਨੂੰ ਧੱਕਾ ਮਾਰਿਆ ਤਾਂ ਮੇਰੇ ਬ੍ਰਦਰ ਨੇ ਇਸ ਗੱਲ ਵਾਸਤੇ ਉਹਨਾਂ ਨੂੰ ਡਿਫੈਂਡ ਕੀਤਾ, ਉਹ ਕਹਿੰਦੇ ਵੀ ਮੈਨੂੰ ਧੱਕਾ ਕਿਹੜੀ ਗੱਲ ਤੋਂ ਮਾਰ ਰਹੇ ਹੋ, ਵੀ ਮੈਂ ਤਾਂ ਤੁਹਾਡੀ ਪਰਮਿਸ਼ਨ ਨਾਲ ਆਇਆ। ਤਾਂ ਗਾਇਕ ਆ ਜਿਹੜਾ, ਉਹਦਾ ਪਹਿਲਾਂ ਹੀ ਇਹ ਮਨ ਸੀਗਾ ਕਿ ਪ੍ਰੋਗਰਾਮ ਮੇਰੇ ਕੋਲ ਹੋਰ ਲੰਮਾ ਚੱਲਣਾ, ਕਿਉਂਕਿ ਮੈਂ ਆਲਰੇਡੀ ਲੇਟ ਹਾਂ, 2:20 'ਤੇ ਉਹ ਸਟੇਜ 'ਤੇ ਆਇਆ ਸੀਗਾ। ਔਰ ਉਹਨੇ ਮਾਈਕ ਰੱਖਿਆ ਅਤੇ ਔਰ ਇੱਥੋਂ ਖਿਸਕ ਗਿਆ, ਚਲੋ ਉਹ ਚਲਾ ਗਿਆ। ਪ੍ਰੋਗਰਾਮ ਜਿਹੜਾ ਸੀਗਾ ਸਿੰਗਿੰਗ ਦਾ, ਉਹ ਖਤਮ ਹੋ ਗਿਆ। ਖਤਮ ਵਾਲੀ ਗੱਲ ਹੀ ਹੈ, ਜਦੋਂ ਸਿੰਗਰ ਭੱਜ ਗਿਆ ਵਿੱਚੋਂ ਔਰ ਪ੍ਰੋਗਰਾਮ ਦੂਸਰਾ ਚੱਲ ਰਿਹਾ ਸੀਗਾ, ਤਾਂ ਮੇਰਾ ਬ੍ਰਦਰ, ਜਿਵੇਂ ਫੈਮਿਲੀ ਬੈਠੀ ਆ ਸਾਰੀ, ਆਪਦਾ ਖਾਣਾ ਵਗੈਰਾ ਖਾ ਰਹੇ ਸੀਗੇ, ਤਾਂ ਜਿਹੜੇ ਉਹਨਾਂ ਦੇ ਮੈਨੇਜਰ ਆ, ਆਈ ਥਿੰਕ ਜਸਪ੍ਰੀਤ ਆ ਸ਼ਾਇਦ, ਉਹਨਾਂ ਆਪਦਾ ਖਾਣਾ ਵਗੈਰਾ ਖਾ ਰਹੇ ਸੀਗੇ, ਤਾਂ ਜਿਹੜੇ ਉਹਨਾਂ ਦੇ ਮੈਨੇਜਰ ਆ, ਆਈ ਥਿੰਕ ਜਸਪ੍ਰੀਤ ਆ ਸ਼ਾਇਦ ਉਹਨਾਂ ਦਾ ਨਾਂ, ਨਾਲ ਉਹਨਾਂ ਦੇ ਜਿਹੜੇ ਸਰਕਾਰੀ ਗਨਮੈਨ ਔਰ ਸਮੇਤ ਬਾਊਂਸਰ, ਸਾਰੇ ਜਾਣੇ ਹੀ ਅੰਦਰ ਆਏ। ਇਹ ਗਾਇਕ ਦੇਖੋ, ਜਿਹਦੇ ਉਹ ਕਰਿੰਦੇ ਆ, ਜਿਹਦੇ ਨਾਲ ਲੱਗੇ ਹੋਏ ਆ, ਉਹਦੀ ਸ਼ਹਿ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਗਾਇਕ ਅੰਮ੍ਰਿਤ ਮਾਨ ਦੀ ਸ਼ਹਿ 'ਤੇ ਉਹ ਇੱਥੇ ਆਏ, ਬਕਾਇਦਾ ਉਹਦੀ ਰਿਕਾਰਡਿੰਗ ਹੈਗੀ ਆ, ਉਹਨਾਂ ਨੇ ਆ ਕੇ ਮੇਰੇ ਬ੍ਰਦਰ ਦੇ ਸਿੱਧਾ ਗਲਮੇ 'ਚ ਹੱਥ ਪਾਇਆ, ਜਿਹੜਾ ਸਰਕਾਰੀ ਅਸੋਲਟ ਵੀ ਬੰਦੇ ਦੇ ਕੋਲ ਸੀਗੀ। ਚਲੋ ਪਿੰਡ ਦਾ ਪ੍ਰੋਗਰਾਮ ਸੀ, ਪਿੰਡ ਦੇ ਸਾਰੇ ਲੋਕ ਇਕੱਠੇ ਹੋ ਗਏ, ਕਹਿੰਦੇ ਵੀ ਦੱਸੋ ਕੀ ਗੱਲ ਆ। ਜਦੋਂ ਸਾਰੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹ ਇੱਥੋਂ ਚਲੇ ਗਏ। ਚਲੇ ਗਏ ਦਾ ਮਤਲਬ ਸਾਈਡ 'ਤੇ ਹੋ ਗਏ, ਉਹਨਾਂ ਨੇ ਪੁਲਿਸ ਨੂੰ ਸੱਦ ਲਿਆ। ਪੁਲਿਸ ਸੱਦਣ ਤੋਂ ਬਾਅਦ ਜੀ, ਅਸੀਂ ਤਾਂ ਦੇਖੋ ਉਹਨਾਂ ਨੂੰ ਡਿਮਾਂਡ ਇਹ ਕਰਦੇ ਸੀ ਵੀ ਜਿਹੜਾ ਤੁਸੀਂ ਸ਼ੋਅ ਵਿੱਚ ਛੱਡਿਆ ਉਹਦੇ ਪੈਸੇ ਵਾਪਸ ਕਰੋ, ਪਰ ਉਹਨਾਂ ਨੇ ਪੋਲੀਟੀਕਲ ਪ੍ਰੈਸ਼ਰ ਨਾਲ ਮੇਰੇ ਬ੍ਰਦਰ 'ਤੇ, ਆਈ ਥਿੰਕ ਸ਼ਾਇਦ ਮੈਂ ਵੀ ਵਿੱਚ ਹੋਵਾਂ ਜਾਂ ਹੋਰ ਵੀ ਸਾਡੀ ਕੋਈ ਫੈਮਿਲੀ ਦੇ ਮੈਂਬਰ ਹੋਣ, ਉਹਨਾਂ 'ਤੇ ਪੋਲੀਟੀਕਲ ਪ੍ਰੈਸ਼ਰ ਨਾਲ ਪਰਚਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ, ਔਰ ਮੈਨੂੰ ਸ਼ਾਇਦ ਇਨਫੋਰਮੇਸ਼ਨ ਮਿਲ ਰਹੀ ਆ ਵੀ ਪਰਚਾ ਹੋ ਵੀ ਗਿਆ। ਚਲੋ ਅਸੀਂ ਇਸ ਗੱਲ ਦਾ ਕਹਿੰਦੇ ਵੀ ਜੇ ਕੋਈ ਸਾਡੇ 'ਚ ਗਲਤੀ ਸੀਗੀ, ਸਾਡੇ 'ਤੇ ਪਰਚਾ ਹੋ ਜੂ, ਸਾਨੂੰ ਕੋਈ ਦਿੱਕਤ ਨਹੀਂ ਗੀ।
जे कानून के दायरे च असी रह के जे असी कानून की पालना करते असी जे मैं सरपंच हाँ तो असी इस गल के हक च कानून की पालना करनी चाहिए है। जे मेरे ब्रदर ने कोई गलती की है उन्होंने उसकी सज़ा मिलनी चाहिए परचा हो। और मैं रिटन कंप्लेट देन लगा एस एच ओ सदर न जिन्हें भी बंदे उस प्रोग्राम के इतने गायक अमृत मान समेत उन्हों की शह से जोड़े गुंडागर्दी करके गए बाद आके उन्होंने भी कानूनी कार्रवाई की जाए। सानू कोई दिक्कत नहीं गी साड़ी असी किसी सियासी पार्टी नाल असी कहिंदे नहीं भी सियासी शह से असी कोई काम करवाना की जाए सानू कोई दिक्कत नहीं गी साड़ी असी किसी सियासी पार्टी नाल असी कहिंदे नहीं भी सियासी शह से असी कोई काम करवाना जो कानून मुताबक हैगा ਉਹੀ ਕੀਤਾ ਜਾਵੇ। ਸਟੇਜ ਤੇ ਕੋਈ ਬਹਿਸ ਵੀ ਹੋਈ ਸੀ ਸਿੰਗਰ ਨੇ? ਨਹੀਂ, ਕੋਈ ਕਿਸੇ ਤਰ੍ਹਾਂ ਦੀ ਬਹਿਸ ਨਹੀਂ ਹੋਈ। ਸਿਰਫ ਇਸ ਗੱਲ ਦਾ ਹੋਇਆ ਬਾਊਂਸਰ ਨੇ ਪੁਸ਼ ਕੀਤਾ ਤਾਂ ਬ੍ਰਦਰ ਨੇ ਉਸ ਚੀਜ਼ ਦਾ ਵਿਰੋਧ ਕੀਤਾ ਵੀ ਤੂੰ ਧੱਕਾ ਕਾਹਤੋਂ ਮਾਰਦਾ, ਤੁਹਾਡੀ ਪਰਮਿਸ਼ਨ ਨਾਲ ਹੀ ਅਸੀਂ ਸਟੇਜ ਤੇ ਆਏ ਹਾਂ। ਉਹਦੀ ਰਿਕਾਰਡਿੰਗ ਹੈਗੀ ਹੈ ਜੀ, ਸਟੇਜ ਦੀ ਵੀ ਰਿਕਾਰਡਿੰਗ ਹੈਗੀ ਆ। ਜਿਹੜਾ ਇੱਥੇ ਗੁੰਡਾਗਰਦੀ ਕੀਤੀ ਆ ਸ਼ਰੇਆਮ ਸਰਕਾਰੀ ਵਰਦੀ ਦੇ ਵਿੱਚ ਅਸਾਲਟ ਲੈ ਕੇ ਸਰਕਾਰ ਨੇ ਅੰਮ੍ਰਿਤ ਮਾਨ ਨੂੰ ਗਨਮੈਨ ਦਿੱਤੇ ਆ ਉਹਦੀ ਪ੍ਰੋਟੈਕਸ਼ਨ ਵਾਸਤੇ, ਨਾ ਕਿ ਅੰਮ੍ਰਿਤ ਮਾਨ ਕਿਤੇ ਹੋਰ ਚਲਾ ਜਾਵੇ ਅਤੇ ਗਨਮੈਨ ਇੱਥੇ ਆ ਕੇ ਗੁੰਡਾਗਰਦੀ ਕਰਨ। ਅਸੀਂ ਕਹਿਣਾ ਚਾਹੁੰਦੇ ਜੇ ਮੇਰੇ ਬ੍ਰਦਰ ਨੇ ਕੋਈ ਗਲਤੀ ਕੀਤੀ ਹੈ ਜੇ ਉਹ 'ਤੇ ਕੋਈ ਕਾਨੂੰਨੀ ਕਾਰਵਾਈ ਬਣਦੀ ਆ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ। ਔਰ ਉਸ ਦੇ ਨਾਲ ਨਾਲ ਜਿਹੜੇ ਇਹਨਾਂ ਨੇ ਆ ਕੇ ਗੁੰਡਾਗਰਦੀ ਕੀਤੀ ਹੈ ਇਹਨਾਂ 'ਤੇ ਸਮੇਤ ਅੰਮ੍ਰਿਤ ਮਾਨ ਜਿਸ ਦੀ ਸ਼ਹਿ 'ਤੇ ਇਹ ਕੰਮ ਹੋਇਆ ਉਸ ਦੇ ਸਮੇਤ ਜਿਹੜੇ ਵੀ ਉਹਨਾਂ ਦੇ ਮੈਨੇਜਰ ਸੀਗਾ ਜਸਪ੍ਰੀਤ, ਉਸ ਦੇ ਗਨਮੈਨ ਸਰਕਾਰੀ, ਉਸ ਦੇ ਤਕਰੀਬਨ 12-15 ਦੇ ਕਰੀਬ ਬਾਊਂਸਰ ਸੀ, ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਆਨ ਲਏ ਜਾਣੇ ਨਹੀਂ, ਬਿਆਨਾਂ ਦੇ ਆਧਾਰ 'ਤੇ ਜੋ ਵੀ ਮਾਮਲਾ ਹੋਵੇਗਾ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ। ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ। ਅੱਜ ਇੱਥੇ ਸਿਟੀ ਪਾਰਕ ਮੈਰਿਜ ਪੈਲਸ ਵਿੱਚ ਸਿੰਗਰ ਅੰਮ੍ਰਿਤ ਮਾਨ ਆਏ ਸੀਗੇ, ਉਹਨਾਂ ਨੂੰ ਕੁਝ ਵਿਅਕਤੀ ਸੈਲਫੀ ਲੈਣਾ ਚਾਹੁੰਦੇ ਸੀਗੇ, ਸਟੇਜ 'ਤੇ ਧੱਕੇ ਨਾਲ ਚੜ੍ਹ ਰਹੇ ਸੀਗੇ ਅਤੇ ਉਹਨਾਂ ਦਾ ਆਪਸ ਵਿੱਚ ਤਾਂ ਕਾਫੀ ਤਕਰਾਰ ਹੋਇਆ ਅਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਮਾਨ ਸਟੇਜ ਛੱਡ ਕੇ ਚਲੇ ਗਏ। ਪਰਿਵਾਰ ਨੇ ਕਾਫੀ ਰੋਸ ਕੀਤਾ ਅਤੇ ਉਹਦਾ ਜਿਹੜਾ ਸਮਾਨ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਤੁਹਾਡੇ ਵੱਲੋਂ ਕੀ ਕਰੋਗੇ? ਅਸੀਂ ਮੌਕੇ 'ਤੇ ਪਹੁੰਚੇ ਹੈਗੇ ਆ, ਜਿੱਦਾਂ ਦੇ ਹਾਲਾਤ ਹੋਣ ਉੱਦਾਂ ਦੀ ਕਾਰਵਾਈ ਸਮਝ ਲਿਆ। ਅੰਮ੍ਰਿਤ ਮਾਨ ਦੇ ਸ਼ੋਅ ਦੇ ਦੌਰਾਨ ਮੋਗਾ ਦੇ ਵਿੱਚ ਹੋਇਆ ਇਹ ਤਣਾਅਪੂਰਨ ਮਾਹੌਲ, ਜਿਸ ਦੇ ਵਿੱਚ ਅੰਮ੍ਰਿਤ ਮਾਨ ਤਾਂ ਸ਼ੋਅ ਛੱਡ ਕੇ ਚਲੇ ਹੀ ਗਏ, ਪਰ ਉਹਨਾਂ ਦੇ ਬਾਊਂਸਰਾਂ ਦੇ ਵੱਲੋਂ ਬਾਅਦ ਵਿੱਚ ਕੀਤੀ ਗਈ ਹੈ ਧੱਕੇਸ਼ਾਹੀ, ਜੋ ਕਿ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਹਾਲਾਂਕਿ ਅੰਮ੍ਰਿਤ ਮਾਨ ਦਾ ਇਸ ਮਾਮਲੇ ਨੂੰ ਲੈ ਕੇ ਕੋਈ ਬਿਆਨ ਤਾਂ ਸਾਹਮਣੇ ਨਹੀਂ ਆਇਆ, ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੰਮ੍ਰਿਤ ਮਾਨ ਦੇ ਉੱਤੇ ਧੋਖਾਧੜੀ, ਯਾਨੀ ਕਿ ਅੱਧ ਵਿਚਕਾਰ ਸ਼ੋਅ ਛੱਡਣ ਅਤੇ ਸ਼ੋਅ ਦੇ ਪੈਸੇ ਵਾਪਸ ਨਾ ਕਰਨ ਅਤੇ ਉਹਨਾਂ ਦੇ ਬਾਊਂਸਰਾਂ ਅਤੇ ਸਰਕਾਰੀ ਗਨਮੈਨਾਂ ਦੇ ਵੱਲੋਂ ਕੀਤੀ ਗਈ ਖਿੱਚ ਧੂ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੰਮ੍ਰਿਤ ਮਾਨ ਕੀ ਪੱਖ ਰੱਖਦੇ ਨੇ ਅਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ। ਮੋਗਾ ਤੋਂ ਸੌਰਵ ਅਰੋੜਾ ਦੀ ਰਿਪੋਰਟ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।